ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਖਹਿਰਾ VIP ਕਲਚਰ ਖਤਮ ਕਰਨ ਦਾ ਡਰਾਮਾ ਕਰ ਰਹੇ ਹਨ ਤੇ ਉਹ ਖੁਦ VIP ਪਰਿਵਾਰ ਵਿੱਚ ਜਨਮੇ ਹਨ ਅਤੇ ਬਚਪਨ ਤੋਂ ਹੀ ਉਹ VIP ਕਲਚਰ 'ਚ ਰਹਿਣ ਦੇ ਆਦੀ ਹਨ। ਖਹਿਰਾ ਨੂੰ ਆਪਣੀ ਕਾਰ 'ਚ ਝੰਡਾ ਅਤੇ ਐਂਬਲਮ ਨਹੀਂ ਲਗਾਉਣਾ ਚਾਹੀਦਾ। CM ਸਾਹਿਬ ਉਹਦਾ ਜਵਾਬ ਦੇ ਚੁੱਕੇ ਹੈ। ਨਹੀਂ, ਨੈਤਿਕਤਾ, ਮੈਂ ਸਿਰਫ ਇੱਕ ਗੱਲ ਕਰਨੀ ਤੁਹਾਡੇ ਨਾਲ ਕਿ ਹਿੰਦੂ ਓਪੋਜੀਸ਼ਨ ਲੀਡਰ ਕੋ ਜੋ ਹਿੰਦੁਸਤਾਨ ਕਾ ਕੰਸਟੀਟਿਊਸ਼ਨ ਹੈ, ਜੋ ਹਿੰਦੁਸਤਾਨ ਕਾ ਕਾਨੂੰਨ ਹੈ, ਜੋ ਫਲੈਗ ਕੋਡ ਆਫ ਇੰਡੀਆ ਹੈ, ਉਸਕੇ ਅਨੁਸਾਰ ਵੋ ਨੈਸ਼ਨਲ ਫਲੈਗ ਔਰ ਐਂਬਲਮ ਆਪਣੀ ਗਾੜੀ ਪੇ ਨਹੀਂ ਯੂਜ ਕਰ ਸਕਤੇ। ਸੁਖਪਾਲ ਸਿੰਘ ਖਹਿਰਾ ਜੀ ਯੂਜ ਕਰ ਰਹੇ ਹੈ, ਮੈਂ ਉਨਕੋ ਕਹਿ ਰਹਾ ਹੂੰ ਕਿ ਆਪ ਸੰਵਿਧਾਨ ਕੀ ਕਦਰ ਕਰੋ, ਕਾਨੂੰਨ ਦੇਸ਼ ਕੇ ਕੋ ਮਾਨੋ, ਆਪ ਇੱਕ ਓਪੋਜੀਸ਼ਨ ਲੀਡਰ ਹੋ, ਆਪਕੋ ਨਹੀਂ ਚਾਹੀਏ ਐਸਾ ਕਿ VIP ਕਲਚਰ ਮੇਂ ਘੂਮਨਾ ਹੈ। ਯੇ ਅਲੱਗ ਬਾਤ ਹੈ ਕਿ ਉਹ ਬਚਪਨ ਸੇ VIP ਕਲਚਰ ਮੇਂ ਰਹੇ ਹੈ, ਪਿਤਾ ਪੁਲਿਸ ਅਫਸਰ ਥੇ, ਫਿਰ ਮੰਤਰੀ ਥੇ, ਅਬ VIP ਕਲਚਰ ਛੋੜਨਾ ਮੁਸ਼ਕਿਲ ਹੋ ਗਿਆ ਹੈ, ਲੇਕਿਨ ਆਮ ਆਦਮੀ ਪਾਰਟੀ ਨੇ ਨਾਰਾ ਹੀ VIP ਕਲਚਰ ਖਤਮ ਕਰਨੇ ਕਾ ਦਿਆ ਥਾ, ਇਸ ਲਈ ਖਹਿਰਾ ਜੀ ਕੋ ਜੋ ਕਾਨੂੰਨ ਉਨਕੋ ਇਜਾਜ਼ਤ ਨਹੀਂ ਦੇਤਾ ਵੋ ਝੰਡਾ ਦੇਸ਼ ਕਾ ਔਰ ਐਂਬਲਮ ਕਾਰ ਪੇ ਨਹੀਂ ਯੂਜ਼ ਕਰਨਾ ਚਾਹੀਦਾ। ਐਸਾ ਹੈ ਕਿ ਮੰਤਰੀ ਕੇ ਇਕੁਲੈਂਟ ਹੈ, ਮੰਤਰੀ ਨਹੀਂ ਹੈ, ਉਨਕੋ ਮੰਤਰੀ ਕੀ ਸ਼ਪਤ ਨਹੀਂ ਦੀ ਗਈ, ਗਵਰਨਰ ਨੇ ਕਭੀ ਨਹੀਂ ਉਨਕੋ ਮੰਤਰੀ ਬਣਾਇਆ, ਔਰ ਇਹ ਉਨਕੋ ਬਾਕੀ ਪ੍ਰਿਵਿਲੇਜ ਮਿਲੇਂਗੇ, ਲੇਕਿਨ ਕਾਨੂੰਨ ਇਹ ਕਹਿਤਾ ਹੈ ਕਿ ਉਨਕੋ ਨੈਸ਼ਨਲ ਫਲੈਗ ਔਰ ਐਂਬਲਮ ਗਾੜੀ ਪੇ ਲਗਾਨੇ ਕੀ ਇਜਾਜ਼ਤ ਨਹੀਂ ਹੈ, ਤੋ ਨਹੀਂ ਲਗਾਉਣਾ ਚਾਹੀਏ। ਇਸਮੇ ਕਿਆ ਇਤਨੀ ਟੌਰ ਕਿਉਂ ਬਣਾਉਣੀ ਹੈ? ਮੰਤਰੀ ਲਗਾ ਸਕਤੇ ਹੈ, ਬਸ ਆਪ ਹੀ ਕਹਿ ਰਹੇ ਹੈ। ਮੰਤਰੀ, ਅਰੇ ਇਹ ਤੋ ਫਲੈਗ ਕੋਡ ਆਫ ਇੰਡੀਆ ਮੇਂ ਲਿਖਾ ਹੁਆ ਹੈ ਕਿ ਕੌਣ ਕੌਣ ਲਗਾ ਸਕਤਾ ਹੈ, ਉਸਮੇ ਯੇ ਨਹੀਂ ਫਾਲ ਕਰਤੇ ਤੋ ਇਨਕੋ ਨਹੀਂ ਲਗਾਉਣਾ ਚਾਹੀਏ। ਕਿਆ ਟੌਰ ਬਣਾਉਣੇ ਕੀ ਆਦਤ ਹੈ? ਉਹ ਕਹਿ ਰਹੇ ਕਿ ਸਰਕਾਰੀ ਗਾੜੀ ਦੀ ਹੈ ਮੁਝੇ, ਉਹ ਤੋ ਸਭ ਕੁਝ ਉਸ ਪੇ ਲਗਾ ਹੁਆ ਹੀ ਆਇਆ ਤੋ ਨਹੀਂ, ਉਹਨੂੰ ਅਭੀ ਉਹ ਸਰਕਾਰੀ ਗਾੜੀ ਨਹੀਂ ਯੂਜ਼ ਕਰ ਰਹੇ, ਸਰਕਾਰੀ ਗਾੜੀ ਜੋ ਉਨਕੇ ਪਾਸ ਆਈ ਥੀ ਉਹਨੇ ਵਾਪਸ ਕਰ ਦੀ ਥੀ, ਔਰ ਉਸ ਪੇ ਵੀ ਨਹੀਂ ਲਗਾ ਹੁਆ ਥਾ। ਜਬ ਮੈਂ ਓਪੋਜੀਸ਼ਨ ਲੀਡਰ ਥਾ, ਮੈਨੇ ਵੀ ਕਭੀ ਨਹੀਂ ਲਗਾਇਆ, ਮੇਰੇ ਸੇ ਪਹਿਲੇ ਰਜਿੰਦਰ ਕੌਰ ਭੱਠਲ ਜੀ ਥੇ, ਜਾਖੜ ਸਾਹਿਬ ਥੇ, ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਥੇ, ਉਹਨੇ ਵੀ ਕਭੀ ਨਹੀਂ ਲਗਾਇਆ, ਤੋ ਇਨਕੋ ਇੱਕ VIP ਸ਼ੋ ਕਰਨੇ ਕੇ ਲੀਏ, ਆਪਣਾ ਇੱਕ ਦਬਦਬਾ ਬਣਾਉਣੇ ਕੇ ਲੀਏ, ਐਸੀ ਮਿਸ ਯੂਜ ਆਫ ਲਾਅ ਹੈ, ਯੇ ਮਿਸ ਯੂਜ ਆਫ ਪਾਵਰ ਹੈ, ਔਰ ਨੈਸ਼ਨਲ ਫਲੈਗ ਔਰ ਐਂਬਲਮ ਕਾ ਮਿਸ ਯੂਜ ਹੈ, ਇਨਕੋ ਜੁਰਮਾਨਾ ਔਰ ਇਨਕੇ ਉਪਰ ਕਾਰਵਾਈ ਹੋ ਸਕਤੀ ਹੈ।